ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਲਓ ਫੈਕਟ ਨਿਊਜ਼ ਖਬਰਾਂ ਫਟਾਫਟ ਵਿੱਚ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ। ਜਬਰੀ ਰੂਸ ਦੀ ਫੌਜ ਵਿੱਚ ਭਰਤੀ ਕੀਤੇ ਭਾਰਤੀ ਨਾਗਰਿਕਾਂ ਦੇ ਮਾਮਲੇ ਵਿੱਚ CBI ਵੱਲੋਂ ਮਨੁੱਖੀ ਤਸਕਰੀ ਨੈਟਵਰਕ ਦਾ ਪਰਦਾਫਾਸ਼। 7 ਸ਼ਹਿਰਾਂ ਵਿੱਚ 10 ਤੋਂ ਜ਼ਿਆਦਾ ਥਾਵਾਂ ਉੱਤੇ ਕੀਤੀ ਛਾਪੇਮਾਰੀ, ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, 50 ਲੱਖ ਤੋਂ ਜ਼ਿਆਦਾ ਦੀ ਨਕਦੀ ਵੀ ਕੀਤੀ ਜ਼ਬਤ। ਆਰਟੀਕਲ 370 ਹਟਣ ਤੋਂ ਬਾਅਦ ਸ਼੍ਰੀਨਗਰ ਵਿੱਚ ਪਹਿਲੀ ਵਾਰ ਬੋਲੇ PM ਨਰਿੰਦਰ ਮੋਦੀ। 1400 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ ਅਤੇ ਕੀਤਾ ਉਦਘਾਟਨ। CM ਭਗਵੰਤ ਮਾਨ ਵੱਲੋਂ ਵੱਡਾ ਦਾਅਵਾ, ਮਿਸ਼ਨ ਰੁਜ਼ਗਾਰ ਕਾਰਨ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ। ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੀ ਹਿਰਾਸਤ ਵਿੱਚ 19 ਮਾਰਚ ਤੱਕ ਦਾ ਵਾਧਾ। ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ਵਿੱਚ ਹਾਈਕੋਰਟ ਵੱਲੋਂ ਜਾਂਚ ਦੇ ਹੁਕਮ। ਹਾਈਕੋਰਟ ਦੇ ਸੇਵਾ ਮੁਕਤ ਜੱਜ ਅਤੇ ਪੰਜਾਬ ਹਰਿਆਣਾ ਦੇ 2 AGDP ਦੀ ਕਮੇਟੀ ਕਰੇਗੀ ਜਾਂਚ। SIT ਨੇ ਹਾਈਕੋਰਟ ਤੋਂ ਲਾਰੈਂਸ ਇੰਟਰਵਿਊ ਜਾਂਚ ਮਾਮਲੇ ਵਿੱਚ ਮੰਗਿਆ 3 ਮਹੀਨੇ ਦਾ ਹੋਰ ਸਮਾਂ। ਰਾਜ ਸਭਾ ਮੈਂਬਰ ਵਿਕਰਮ ਸਾਨੀ ਨੇ ਰੂਸ ਵਿੱਚ ਫਸੇ ਭਾਰਤੀ ਨਾਗਰਿਕਾਂ ਦਾ ਚੁੱਕਿਆ ਮਸਲਾ। ਭਾਰਤ ਦੀ ਮੋਬਾਈਲ ਫੋਨ ਬਰਾਮਦ 5 ਗੁਣਾ ਹੋ ਕੇ 50 ਤੋਂ 60 ਅਰਬ ਡਾਲਰ ਤੱਕ ਪਹੁੰਚੇਗੀ, ਸੂਚਨਾ ਟੈਕਨੋਲੋਜੀ ਮੰਤਰੀ ਅਸ਼ਟਵੀ ਵੈਸ਼ਟਮ ਨੇ ਦਿੱਤੀ ਜਾਣਕਾਰੀ। 5ਵੇਂ ਟੈਸਟ ਵਿੱਚ ਭਾਰਤ ਮਜ਼ਬੂਤ ਸਥਿਤੀ ਵਿੱਚ। ਇੰਗਲੈਂਡ ਦੀ ਪਹਿਲੀ ਪਾਰੀ 218 ਦੌੜਾਂ 'ਤੇ ਸਿਮਟੀ। ਕੁਲਦੀਪ ਨੇ 5 ਅਤੇ ਅਸ਼ਵਿਨ ਨੇ 4 ਵਿਕਟਾਂ ਲਈਆਂ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਅਤੇ ਯੂਨਾਨ ਦੇ ਪ੍ਰਧਾਨ ਮੰਤਰੀ ਵਾਲ ਵਚੇ। ਬੰਦਰਗਾਹ ਸ਼ਹਿਰ ਉਡੇਸਾ ਵਿੱਚ ਕੁਝ ਦੂਰੀ ਉੱਤੇ ਡਿੱਗੀ ਰੂਸੀ ਮਿਜ਼ਾਈਲ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਫੈਕਟ ਨਿਊਜ਼। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਲਓ ਫੈਕਟ ਨਿਊਜ਼ ਖਬਰਾਂ ਫਟਾਫਟ ਵਿੱਚ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ। ਜਬਰੀ ਰੂਸ ਦੀ ਫੌਜ ਵਿੱਚ ਭਰਤੀ ਕੀਤੇ ਭਾਰਤੀ ਨਾਗਰਿਕਾਂ ਦੇ ਮਾਮਲੇ ਵਿੱਚ CBI ਵੱਲੋਂ ਮਨੁੱਖੀ ਤਸਕਰੀ ਨੈਟਵਰਕ ਦਾ ਪਰਦਾਫਾਸ਼। 7 ਸ਼ਹਿਰਾਂ ਵਿੱਚ 10 ਤੋਂ ਜ਼ਿਆਦਾ ਥਾਵਾਂ ਉੱਤੇ ਕੀਤੀ ਛਾਪੇਮਾਰੀ, ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, 50 ਲੱਖ ਤੋਂ ਜ਼ਿਆਦਾ ਦੀ ਨਕਦੀ ਵੀ ਕੀਤੀ ਜ਼ਬਤ। ਆਰਟੀਕਲ 370 ਹਟਣ ਤੋਂ ਬਾਅਦ ਸ਼੍ਰੀਨਗਰ ਵਿੱਚ ਪਹਿਲੀ ਵਾਰ ਬੋਲੇ PM ਨਰਿੰਦਰ ਮੋਦੀ। 1400 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ ਅਤੇ ਕੀਤਾ ਉਦਘਾਟਨ। CM ਭਗਵੰਤ ਮਾਨ ਵੱਲੋਂ ਵੱਡਾ ਦਾਅਵਾ, ਮਿਸ਼ਨ ਰੁਜ਼ਗਾਰ ਕਾਰਨ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ। ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੀ ਹਿਰਾਸਤ ਵਿੱਚ 19 ਮਾਰਚ ਤੱਕ ਦਾ ਵਾਧਾ। ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ਵਿੱਚ ਹਾਈਕੋਰਟ ਵੱਲੋਂ ਜਾਂਚ ਦੇ ਹੁਕਮ। ਹਾਈਕੋਰਟ ਦੇ ਸੇਵਾ ਮੁਕਤ ਜੱਜ ਅਤੇ ਪੰਜਾਬ ਹਰਿਆਣਾ ਦੇ 2 AGDP ਦੀ ਕਮੇਟੀ ਕਰੇਗੀ ਜਾਂਚ। SIT ਨੇ ਹਾਈਕੋਰਟ ਤੋਂ ਲਾਰੈਂਸ ਇੰਟਰਵਿਊ ਜਾਂਚ ਮਾਮਲੇ ਵਿੱਚ ਮੰਗਿਆ 3 ਮਹੀਨੇ ਦਾ ਹੋਰ ਸਮਾਂ। ਰਾਜ ਸਭਾ ਮੈਂਬਰ ਵਿਕਰਮ ਸਾਨੀ ਨੇ ਰੂਸ ਵਿੱਚ ਫਸੇ ਭਾਰਤੀ ਨਾਗਰਿਕਾਂ ਦਾ ਚੁੱਕਿਆ ਮਸਲਾ। ਭਾਰਤ ਦੀ ਮੋਬਾਈਲ ਫੋਨ ਬਰਾਮਦ 5 ਗੁਣਾ ਹੋ ਕੇ 50 ਤੋਂ 60 ਅਰਬ ਡਾਲਰ ਤੱਕ ਪਹੁੰਚੇਗੀ, ਸੂਚਨਾ ਟੈਕਨੋਲੋਜੀ ਮੰਤਰੀ ਅਸ਼ਟਵੀ ਵੈਸ਼ਟਮ ਨੇ ਦਿੱਤੀ ਜਾਣਕਾਰੀ। 5ਵੇਂ ਟੈਸਟ ਵਿੱਚ ਭਾਰਤ ਮਜ਼ਬੂਤ ਸਥਿਤੀ ਵਿੱਚ। ਇੰਗਲੈਂਡ ਦੀ ਪਹਿਲੀ ਪਾਰੀ 218 ਦੌੜਾਂ 'ਤੇ ਸਿਮਟੀ। ਕੁਲਦੀਪ ਨੇ 5 ਅਤੇ ਅਸ਼ਵਿਨ ਨੇ 4 ਵਿਕਟਾਂ ਲਈਆਂ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਅਤੇ ਯੂਨਾਨ ਦੇ ਪ੍ਰਧਾਨ ਮੰਤਰੀ ਵਾਲ ਵਚੇ। ਬੰਦਰਗਾਹ ਸ਼ਹਿਰ ਉਡੇਸਾ ਵਿੱਚ ਕੁਝ ਦੂਰੀ ਉੱਤੇ ਡਿੱਗੀ ਰੂਸੀ ਮਿਜ਼ਾਈਲ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਫੈਕਟ ਨਿਊਜ਼।